ਬਲੌਗ 2 ਵਿੱਚ ਤੁਹਾਡਾ ਸਵਾਗਤ ਹੈ। ਆਓ ਤੁਹਾਨੂੰ ਅੱਜ ਗੁਰੂ ਤੇਗ ਬਹਾਦਰ ਟ੍ਰੇਨਿੰਗ ਐਸ ਟੈਕਨੀਕਲ ਐਜੂਕੇਸ਼ਨ ਸੰਸਥਾ ਦੇ ਟੀਚਰਸ ਨਾਲ ਮਿਲਾਉਂਦੇ ਹਾਂ, ਜੋ ਕਿ ਆਪਣੀ ਵਰਕਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹਨ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਟੀਚਰਸ ਬੱਚਿਆਂ ਦੀਆਂ ਫਾਈਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਵਨ ਬਾਏ ਵਨ ਕਰਕੇ ਕਲੈਕਟ ਕਰ ਰਹੇ ਹਨ ਅਤੇ ਚੈੱਕ ਕਰ ਰਹੇ ਹਨ। ਨੈਕਸਟ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਆਪਣੀ ਫਾਈਲ ਵਰਕਿੰਗ ਕਰ ਰਹੇ ਹਨ, ਜਿਸ ਵਿੱਚ ਬੱਚੇ ਨੈਕ ਡਿਜ਼ਾਈਨ, ਸਕਰਟ ਡਿਜ਼ਾਈਨ ਅਤੇ ਲਾਈਨਾਂ, ਗਾਊਨ ਲਾਈਨਾਂ ਬਣਾ ਰਹੇ ਹਨ, ਜੋ ਕਿ ਬਹੁਤ ਹੀ ਵਧੀਆ ਅਤੇ ਸਫਾਈ ਵਿੱਚ ਦਿਖ ਰਹੀਆਂ ਹਨ। ਤੁਸੀਂ ਦੇਖ ਸਕਦੇ ਹੋ ਕਿ ਟੀਚਰਸ ਬੱਚਿਆਂ ਕੋਲੋਂ ਪੂਰੇ ਸਾਲ ਦਾ ਵਾਈਵਾ ਲੈ ਰਹੇ ਹਨ, ਉਹਨਾਂ ਕੋਲੋਂ ਕੁਐਸਚਨ ਪੁੱਟ ਕਰ ਰਹੇ ਹਨ ਅਤੇ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਦਾ ਆਨਸਰ ਦੇ ਰਹੇ ਹਨ। ਕਿਉਂਕਿ ਟੀਚਰ ਬੱਚਿਆਂ ਦੀਆਂ ਕਾਪੀਸ ਚੈੱਕ ਕਰ ਰਹੇ ਹਨ ਅਤੇ ਬੱਚੇ ਨੇ ਬਹੁਤ ਹੀ ਵਧੀਆ ਰਾਈਟਿੰਗ ਅਤੇ ਬਹੁਤ ਹੀ ਸਫਾਈ ਦੇ ਵਿੱਚ ਲਿਖਿਆ ਹੋਇਆ ਹੈ। ਟੀਚਰਸ ਕਾਪੀਸ ਚੈੱਕ ਕਰ ਰਹੇ ਹਨ ਅਤੇ ਮਾਰਕਸ ਲਗਾ ਰਹੇ ਹਨ। ਇਹ ਫਾਈਨਲ ਈਅਰ ਸਟੂਡੈਂਟਸ ਦੇ ਮਾਡਲਸ ਨੇ, ਜੋ ਕਿ ਬਹੁਤ ਹੀ ਵਧੀਆ ਬਣਾਏ ਹੋਏ ਨੇ। ਟੀਚਰਸ ਬੱਚਿਆਂ ਦੇ ਸੈਂਪਲਸ ਚੈੱਕ ਕਰ ਰਹੇ ਹਨ। ਇੱਕ ਪੈਕਿੰਗ ਦੇ ਵਿੱਚ 2 ਸੈਂਪਲਸ ਨੇ। ਬੱਚਿਆਂ ਨੇ ਬਹੁਤ ਹੀ ਵਧੀਆ ਤਰ੍ਹਾਂ ਆਪਣੇ ਸੈਂਪਲਸ ਰੈਡੀ ਕੀਤੇ ਨੇ। ਨੈਕਸਟ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੇ ਆਪਣੇ ਹੱਥਾਂ ਨਾਲ, ਕਰੋਸ਼ੀਏ ਨਾਲ ਬਹੁਤ ਹੀ ਵਧੀਆ ਇੰਬੋਇਡਰੀ ਕੀਤੀ ਹੋਈ ਹੈ, ਬਹੁਤ ਹੀ ਵਧੀਆ ਡਿਜ਼ਾਈਨਿੰਗ ਦਿੱਤੀ ਹੋਈ ਹੈ। ਨੈਕਸਟ ਲਾਸਟ 'ਤੇ ਸਾਰੇ ਟੀਚਰਸ ਦੀ ਮਾਰਕਿੰਗ ਤੋਂ ਬਾਅਦ ਸਾਡੀ ਰਿਸਪੈਕਟਡ ਪ੍ਰਿੰਸੀਪਲ ਮੈਮ ਬੱਚਿਆਂ ਦੀਆਂ ਫਾਈਲਾਂ ਨੂੰ, ਉਹਨਾਂ ਦੇ ਮਾਡਲਸ ਨੂੰ, ਉਹਨਾਂ ਦੇ ਸੈਂਪਲਸ ਨੂੰ, ਉਹਨਾਂ ਦੀ ਕੀਤੀ ਹੋਈ ਥਿਊਰੀਜ਼ ਨੂੰ ਮੈਮ ਆਪ ਰੀਚੈੱਕ ਕਰਦੇ ਅਤੇ ਬੱਚਿਆਂ ਕੋਲੋਂ ਕੁਐਸਚਨ ਪੁੱਟ ਕਰਦੇ ਹਨ। ਇਸੇ ਤਰ੍ਹਾਂ ਹੀ ਸਾਡੇ ਕਾਲਜ ਦੇ ਟੀਚਰਸ ਵਰਕਿੰਗ ਕਰਦੇ। ਫਸਟ ਉਹ ਬੱਚਿਆਂ ਨੂੰ ਥਿਊਰੀ ਕਰਾਉਂਦੇ ਹਨ, ਪ੍ਰੈਕਟੀਕਲ ਕਰਾਉਂਦੇ ਹਨ, ਮਾਡਲ ਅਤੇ ਸੈਂਪਲ ਦੱਸਦੇ ਹਨ। ਫਿਰ ਇਸੇ ਤਰ੍ਹਾਂ ਬੱਚਿਆਂ ਤੋਂ ਕੁਐਸਚਨ ਪੁੱਟ ਕੀਤੇ ਜਾਂਦੇ ਹਨ, ਉਹਨਾਂ ਤੋਂ ਮਾਡਲ ਬਣਵਾਏ ਜਾਂਦੇ ਹਨ, ਉਹਨਾਂ ਨੂੰ ਸੈਂਪਲ ਬਣਾਉਣ ਵਾਸਤੇ ਕਿਹਾ ਜਾਂਦਾ ਹੈ। ਅਤੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ, ਬੱਚਿਆਂ ਨੇ ਬਹੁਤ ਹੀ ਵਧੀਆ ਸੈਂਪਲ ਰੈਡੀ ਕੀਤੇ ਹੋਏ ਨੇ। ਬੱਚਿਆਂ ਦੇ ਸੈਂਪਲ ਮਾਡਲ ਦੇਖ ਕੇ ਟੀਚਰਸ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਹੀ ਬੱਚਾ ਜੋਬ ਲਈ ਪਰਫੈਕਟ ਵੈਲਿਡ ਹੋ ਜਾਂਦਾ ਹੈ। ਸੋ ਥੈਂਕਸ, ਮਿਲਦੇ ਹਾਂ ਬਲੌਗ 3 ਵਿੱਚ।